ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਹੁਣੇ ਹੁਣੇ ਇੱਥੇ ਹੋਇਆ ਸੀਐਮ 'ਤੇ ਅੱਤਵਾਦੀ ਹਮਲਾ। ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਅੱਤ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ। ਮਣੀਪੁਰ 'ਚ ਹਿੰਸਾ ਅਤੇ ਸਾੜ ਖੁੱਬ ਦੀਆਂ ਘਟਨਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਸੂਬੇ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਸਰਕਾਰੀ ਬੰਗਲੇ ਨੇੜੇ ਰਾਜ ਤਖ਼ਤ ਕੰਪਲੈਕਸ ਦੀ ਇੱਕ ਇਮਾਰਤ 'ਚ ਸ਼ਨਿਚਰਵਾਰ ਨੂੰ ਭਿਆਨਕ ਅੱਗ ਲੱਗ ਗਈ। ਜੀ ਹਾਂ, ਇਹ ਅੱਗ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਇਹ ਅੱਗ ਅੱਤਵਾਦੀਆਂ ਨੇ ਲਗਾਈ ਹੈ। ਨਿਰਮਾਣ ਸਮੱਗਰੀ ਨੂੰ ਲੈ ਕੇ ਜਾ ਰਹੇ ਟਰੱਕਾਂ ਨੂੰ ਅੱਗ ਲਗਾ ਦਿੱਤੀ। ਸਥਾਨਕ ਲੋਕਾਂ ਨੇ ਤ੍ਰਿੰਗਾਉਥੀ ਵਿਖੇ 4 ਟਰੱਕਾਂ ਨੂੰ ਰੋਕਿਆ ਅਤੇ ਉਹਨਾਂ ਦੇ ਵਿੱਚੋਂ 2 ਨੂੰ ਅੱਗ ਲਾ ਦਿੱਤੀ, ਜਦਕਿ 2 ਹੋਰ ਰਾਜ ਅਤੇ ਕੇਂਦਰੀ ਬਲਾਂ ਨੇ ਬਚਾਇਆ। ਇੱਕ ਟਰੱਕ ਦੇ ਡਰਾਈਵਰ ਦੇ ਹਵਾਲੇ ਨਾਲ ਅਧਿਕਾਰੀ ਨੇ ਦੱਸਿਆ ਹੈ ਕਿ ਟਰੱਕ ਪੁਲ ਬਣਾਉਣ ਲਈ ਲੋੜੀਂਦੀ ਸਮੱਗਰੀ ਪਹੁੰਚਾਉਣ ਲਈ ਜਾ ਰਿਹਾ ਸੀ ਅਤੇ ਰਸਤੇ ਦੇ ਵਿੱਚ ਅੱਤਵਾਦੀਆਂ ਨੇ ਉਸਨੂੰ ਅੱਗ ਲਾ ਦਿੱਤੀ ਅਤੇ ਸੀਐਮ ਨੇ ਉਸਨੂੰ ਅੱਗ ਲਾ ਦਿੱਤੀ। ਅਤੇ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ